ਹੈਲੋ ਗਾਇਜ਼, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸਾਹਿਲ ਮਹਾਜਨ ਵਿੰਗਸ ਟੂ ਫਲਾਈ ਚੈਨਲ ਤੋਂ। ਅੱਜ ਫਿਰ ਅਸੀਂ ਇੱਕ ਨਵਾਂ ਟੋਪਿਕ ਲੈ ਕੇ ਆਇਆ ਜੀ PSPCL ਦਾ, ਜਿਹਦੇ ਵਿੱਚ ਆਪਾਂ ਫਿਰ ਪ੍ਰੀਵੀਅਸ ਈਅਰ ਸੋਲਵ ਜਿਹੜੇ ਪੇਪਰ ਨੇ ਉਹਨਾਂ ਨੂੰ ਸੋਲਵ ਕਰਾਂਗੇ। ਜੋ ਅੱਜ ਦਾ ਟੋਪਿਕ ਹੈ ਜੀ, ਉਹ ਆਪਣਾ ਸਾਡਾ ਹੈਗਾ ਨਿਊਮੈਰੀਕਲ ਅਬਿਲਿਟੀ ਦਾ, ਜਿਹਦੇ 'ਚ ਆਪਾਂ ਐਪੀਸੋਡ ਨੰਬਰ 6 ਦੇਖਾਂਗੇ। ਉਹ ਜਿਹੜੇ ਤੁਸੀਂ ਪਹਿਲੇ 5 ਐਪੀਸੋਡਸ ਨੇ ਉਹ ਵਧੀਆ ਤਰੀਕੇ ਨਾਲ ਦੇਖੇ ਹੋਣਗੇ। ਅਤੇ ਜੇਕਰ ਕਿਸੇ ਨੂੰ ਕੋਈ ਇਸੇ ਵੀ ਤਰ੍ਹਾਂ ਦਾ ਡਾਊਟ ਹੈ, ਕਿਸੇ ਵੀ ਕੁਸ਼ਚਨ 'ਚ ਡਾਊਟ ਹੈ ਜਾਂ ਉਹਨੂੰ ਇਲੈਬੋਰੇਟ ਕਰਨ ਦੀ ਜ਼ਰੂਰਤ ਹੈ, ਤਾਂ ਪਲੀਜ਼ ਗਾਇਜ਼ ਮੈਨੂੰ ਕਮੈਂਟ ਬਾਕਸ ਕਮੈਂਟ ਕਰ ਦਿਓ, ਤਾਂ ਕਿ ਮੈਨੂੰ ਹੋਰ ਥੋੜ੍ਹਾ ਇਲੈਬੋਰੇਟ ਤੁਹਾਡੇ ਲਈ ਕਰ ਸਕਾਂ। ਠੀਕ ਹੈ ਗਾਇਜ਼, ਅੱਜ ਦਾ ਜੋ ਟੋਪਿਕ ਹੈ ਜੀ ਨਿਊਮੈਰੀਕਲ ਅਬਿਲਿਟੀ ਦਾ, ਐਪੀਸੋਡ ਨੰਬਰ 6 ਦਾ ਫਸਟ ਕੁਸ਼ਚਨ ਦੇਖਦੇ ਹਾਂ ਜੀ। ਕੀ ਕਹਿ ਰਿਹਾ, ਇਫ ਐਕਸ ਇਜ਼ ਟੂ ਵਾਈ ਇਜ਼ ਇਕੁਅਲਸ ਟੂ 3:2, ਦੈਨ ਐਕਸ ਸਕੁਅਰ ਮਾਈਨਸ ਵਾਈ ਸਕੁਅਰ ਓਵਰ ਐਕਸ ਸਕੁਅਰ ਪਲੱਸ ਵਾਈ ਸਕੁਅਰ ਇਜ਼ ਇਕੁਅਲਸ ਟੂ ਕੁਸ਼ਚਨ ਮਾਰਕ। ਮੀਨਸ ਕਿ ਐਕਸ ਅਤੇ ਵਾਈ ਦੀ ਰੇਸ਼ੋ ਦਿੱਤੀ ਹੈ 3:2, ਅਤੇ ਕਹਿ ਰਿਹਾ ਕਿ ਇਹਨੂੰ ਸੋਲਵ ਕਰਕੇ ਦੱਸੋ ਕਿ ਇਹਨਾਂ 'ਚ ਵੇਗੀ ਵੈਲਿਊ ਆਏਗੀ। ਗਾਇਜ਼ ਹੁਣ ਇਹ 'ਚ ਦੇਖੋ, ਇਹ 'ਚ ਕੀ ਦਿੱਤਾ ਇਹਨਾਂ ਨੇ, ਰੇਸ਼ੋ ਦਿੱਤੀ ਹੈ। ਹੁਣ ਰੇਸ਼ੋ ਨੂੰ ਆਪਾਂ ਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ ਹੈ। ਜਿਵੇਂ ਮਤਲਬ ਐਕਸ ਇਕੁਅਲਸ ਐਕਸ ਰੇਸ਼ੋ ਵਾਈ ਹੈ, ਹੈ ਨਾ। ਅਗਰ ਇਹਨੂੰ ਮੈਂ ਇਸ ਤਰੀਕੇ ਨਾਲ ਲਿਖਾਂ ਐਕਸ ਬਾਏ ਵਾਈ ਇਕੁਅਲਸ ਟੂ 3:2, ਰਾਈਟ। ਹੁਣ ਇਹ ਰੇਸ਼ੋ ਨੂੰ ਮੈਂ ਅਗਰ ਨੰਬਰ 'ਚ ਕਨਵਰਟ ਕਰਾਂ, ਤਾਂ ਆਪਾਂ ਕੀ ਕਰਦੇ ਸੀ, ਇਹਨੂੰ ਐਕਸ ਕਰ ਦਿੰਦੇ ਸੀ, ਇਹਨੂੰ ਐਕਸ ਕਰਦੇ ਸੀ, ਕੋਮਨ ਨੰਬਰ ਬਣ ਜਾਂਦਾ। ਐਕਸ ਵਾਲਾ ਫੰਡਾ ਆਪਾਂ ਨੇ ਕਿਤੇ ਯੂਜ਼ ਨਹੀਂ ਕਰਨਾ, ਕਿਉਂਕਿ ਅਲਟੀਮੇਟਲੀ ਉਹ ਐਕਸ ਕੀ ਹੋਣਾ, ਕੈਂਸਲ ਹੋਣਾ। ਠੀਕ ਹੈ, ਜਿਵੇਂ ਐਕਸ ਦੀ ਵੈਲਿਊ ਇੱਥੇ ਕੀ ਬਣ ਰਹੀ ਹੈ 3, ਅਤੇ ਵਾਈ ਦੀ ਵੈਲਿਊ ਕੀ ਬਣ ਰਹੀ ਹੈ 2। ਸਿੰਪਲੀ ਇਹਨੂੰ ਇਹਦੇ 'ਚ ਕੀ ਕਰੋ, ਪੁੱਟ ਕਰੋ, ਤੁਹਾਡਾ ਆਨਸਰ ਆ ਜਾਏਗਾ। ਐਕਸ ਦੀ ਵੈਲਿਊ ਕਿੰਨੀ ਹੈ ਜੀ, 3। 3 ਦਾ ਸਕੁਆਇਰ ਕਿੰਨਾ ਆ ਗਿਆ ਜੀ, ਵਾਈ ਕਿੰਨਾ, 2 ਦਾ ਸਕੁਆਇਰ ਆ ਗਿਆ, ਰਾਈਟ। ਫਿਰ ਐਕਸ ਕਿੰਨਾ ਹੈ, 3। 3 ਦਾ ਸਕੁਆਇਰ ਲਿਖ ਦਾਂਗੇ ਜੀ। ਵਾਈ ਕਿੰਨਾ ਜੀ, 2। 2 ਦਾ ਸਕੁਆਇਰ ਲਿਖ ਦਿਓ, ਬਸ ਇਹਨੂੰ ਸੋਲਵ ਕਰ ਲਓ, ਤੁਹਾਡਾ ਆਨਸਰ ਆ ਜਾਏਗਾ। 3 ਦਾ ਸਕੁਆਇਰ ਕਿੰਨਾ ਹੋਇਆ ਜੀ, 9। 2 ਦਾ ਸਕੁਆਇਰ 4। 3 ਦਾ ਸਕੁਆਇਰ 9, ਅਤੇ 2 ਦਾ ਸਕੁਆਇਰ 4। 9 ਮਾਈਨਸ 4 ਕਿੰਨਾ ਆ ਗਿਆ ਜੀ, 5। 9 ਪਲੱਸ 4 ਕਿੰਨਾ ਆ ਗਿਆ, 13। 5/13 ਇਜ਼ ਇਕੁਅਲਸ ਟੂ ਆਨਸਰ, ਜਾਂ ਤੁਸੀਂ ਕਹਿ ਸਕਦੇ ਹੋ 5:13, ਰਾਈਟ। ਦਿਸ ਇਜ਼ ਯੋਰ ਆਨਸਰ, ਸੋ ਆਪਸ਼ਨ ਨੰਬਰ ਏ ਇਜ਼ ਯੋਰ ਕਰੈਕਟ ਆਨਸਰ। ਠੀਕ ਹੈ ਗਾਇਜ਼, ਸਿੰਪਲ ਸੀਗੇ ਕੁਸ਼ਚਨ। ਨੈਕਸਟ ਦੇਖਦੇ ਹਾਂ, ਮੈਂਸੂਰੇਸ਼ਨ ਦਾ ਕੁਸ਼ਚਨ ਹੈ ਜੀ। ਗਾਇਜ਼ ਮੈਂਸੂਰੇਸ਼ਨ ਦੇ ਕੁਸ਼ਚਨ ਬਹੁਤ ਜ਼ਿਆਦਾ ਆ ਰਹੇ ਹੈ, ਸੋ ਜਿੰਨੇ ਵੀ ਕੁਸ਼ਚਨ ਹੋ ਸਕਦੇ ਆ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ, ਠੀਕ ਹੈ। ਇਫ ਦਾ ਰੇਸ਼ੋ ਆਫ ਦ ਏਰੀਆਜ਼ ਆਫ 2 ਸਕੁਆਇਰਸ ਇਜ਼ 256:281, ਦੈਨ ਦਾ ਰੇਸ਼ੋ ਆਫ ਦੇਅਰ ਪੈਰੀਮੀਟਰਸ ਇਜ਼, 4 ਆਪਸ਼ਨ ਦਿੱਤੀਆਂ। ਕੀ ਕਹਿ ਰਿਹਾ ਕਿ ਰੇਸ਼ੋ ਦਿੱਤੀ ਹੈ, ਦੋ ਸਕੁਆਇਰਸ ਨੇ, ਰਾਈਟ। ਆ ਸਕੁਆਇਰ ਹੈ ਕੋਈ, ਇੱਕ ਆ ਸਕੁਆਇਰ ਹੈ, ਠੀਕ ਹੈ, ਏ ਅਤੇ ਬੀ। ਇਹਨਾਂ ਦੀ ਰੇਸ਼ੋ ਦਿੱਤੀ ਏਰੀਆ, ਮੀਨਸ ਇਹਦਾ ਵੀ ਏਰੀਆ ਗਿਵਨ ਹੈ, ਇਹਦਾ ਵੀ ਏਰੀਆ ਗਿਵਨ ਹੈ, ਠੀਕ ਹੈ ਜੀ। ਅਤੇ ਫਾਈਂਡ ਆਊਟ ਕੀ ਕਰਨਾ ਆਪਾਂ ਨੇ, ਪੈਰੀਮੀਟਰ 1, ਪੈਰੀਮੀਟਰ ਏ ਦਾ, ਅਤੇ ਪੈਰੀਮੀਟਰ ਬੀ ਦਾ, ਠੀਕ ਹੈ। ਆਹ ਰੇਸ਼ੋ ਫਾਈਂਡ ਆਊਟ ਕਰਨੀ, ਅਗਰ ਕੰਸੈਪਟ ਸਮਝ ਆ ਗਿਆ ਤਾਂ ਸੋਲਵ ਕਰ ਲੈਂਦੇ ਹਾਂ। ਗਿਵਨ ਕੀ ਕਹਿ ਰਿਹਾ, ਏਰੀਆ ਦਿੱਤਾ 2 ਸਕੁਆਇਰ 'ਚ ਕਿੰਨਾ, ਠੀਕ ਹੈ, ਏਰੀਆ 1/2 ਲਿਖ ਲਓ, ਠੀਕ ਹੈ, ਓਕੇ। ਏਰੀਆ ਦਾ ਫਾਰਮੂਲਾ ਕੀ ਹੁੰਦਾ ਜੀ, ਸਕੁਆਇਰ ਦਾ, ਸਾਈਡ ਦਾ ਸਕੁਆਇਰ। ਮੈਂ ਥੋੜ੍ਹਾ ਪ੍ਰੋਪਰ ਲਿਖ ਰਿਹਾ, ਸਾਈਡ 1 ਸਕੁਆਇਰ ਓਵਰ ਸਾਈਡ 2 ਸਕੁਆਇਰ, ਠੀਕ ਹੈ। ਸਾਈਡ 1 ਦਾ ਸਕੁਆਇਰ ਏਰੀਆ ਕਿਵੇਂ ਹੈ, 256, ਇਹ ਕਿੰਨਾ ਜੀ, 81, ਰਾਈਟ। ਅਗਰ ਇਹ ਸਾਈਡ ਦਾ ਜਿਹੜਾ ਸਕੁਆਇਰ ਹੈ ਇੱਧਰ ਚਲਾ ਜਾਏਗਾ, ਕੀ ਹੋਏਗਾ, ਸਕੁਆਇਰ ਰੂਟ ਬਣ ਜਾਏਗਾ। ਮੈਂ ਡਾਇਰੈਕਟਲੀ ਲਿਖ ਰਿਹਾ ਹੈ ਨਾ, 256/81, ਓਕੇ। ਅਤੇ ਇੱਥੇ ਸਾਈਡ 1 ਕਿੰਨੀ ਆ ਜਾਏਗੀ ਜੀ, ਓਵਰ ਸਾਈਡ 2। 256 ਦਾ ਸਕੁਆਇਰ ਰੂਟ ਕਿੰਨਾ ਹੁੰਦਾ ਜੀ, 16। 18 ਦਾ ਸਕੁਆਇਰ ਰੂਟ ਕਿੰਨਾ ਹੁੰਦਾ ਜੀ, 9। ਇਟ ਮੀਨਸ ਸਾਡੀ ਸਕੁਆਇਰ 1 ਦੀ ਸਾਈਡ ਕਿੰਨੀ ਹੈਗੀ, 16, ਸਕੁਆਇਰ 2 ਦੀ ਸਾਈਡ ਕਿੰਨੀ ਹੈਗੀ, 9। ਹੁਣ ਉਹਨੇ ਪੁੱਛਿਆ ਕੀ ਹੈ, ਦੈਨ ਵਟ ਇਜ਼ ਦਾ ਰੇਸ਼ੋ ਆਫ ਦੇਅਰ ਪੈਰੀਮੀਟਰਸ, ਠੀਕ ਹੈ। ਹੁਣ ਪੈਰੀਮੀਟਰ ਪੁੱਛਿਆ, ਹੁਣ ਪੈਰੀਮੀਟਰ ਆਫ ਸਕੁਆਇਰ ਦਾ ਫਾਰਮੂਲਾ ਕੀ ਹੁੰਦਾ ਜੀ, ਫੋਰ ਇੰਟੂ ਸਾਈਡ, ਰਾਈਟ। ਸੋ ਅਗਰ ਇਹਨਾਂ ਦੀ ਰੇਸ਼ੋ ਬਣਨੀ ਹੈ, 4 × side 1 ਓਵਰ 4 × side 2, ਰਾਈਟ। ਅਤੇ 4 × side 1 ਅਤੇ 4 × side 2, 4 × 16 ਓਵਰ 4 × 9, 4 × 4 ਫੇਰ ਕੈਂਸਲ ਹੋ ਗਿਆ, ਅਤੇ 16/9 ਕੀ ਆ ਗਿਆ ਤੁਹਾਡਾ ਆਨਸਰ। ਮੀਨਸ ਰੇਸ਼ੋ ਆਫ ਦੇਅਰ ਪੈਰੀਮੀਟਰਸ ਇਜ਼ 16:9, ਸੋ ਆਪਸ਼ਨ ਨੰਬਰ ਕੀ ਹੋਏਗਾ, ਆਪਸ਼ਨ ਨੰਬਰ ਏ। ਬਹੁਤ ਸਿੰਪਲ ਸੀਗਾ, ਮੈਂ ਥੋੜ੍ਹਾ ਜਿਹਾ ਇਲੈਬੋਰੇਟ ਕਰਕੇ ਕਰ ਰਿਹਾ ਤਾਂ ਕਿ ਸਾਰਾ ਜਿਹੜਾ ਫੰਡਾ ਹੈ ਕਲੀਅਰ ਹੋ ਜਾਏ, ਰਾਈਟ। ਪੇਪਰਸ ਤਾਂ ਆਪਾਂ ਇੰਨਾ ਲੈਂਥੀ ਪ੍ਰੋਸੀਜਰ ਨਹੀਂ ਕਰਾਂਗੇ, ਉਸ ਤੋਂ ਪਤਾ ਆਪਾਂ ਨੂੰ ਸਟੈਪਸ ਸ਼ਾਰਟ ਕਰਨੇ ਆ, ਰਾਈਟ। 2 ਸਕੁਆਇਰ ਸੀਗੇ, ਉਹਨਾਂ ਨੇ ਏਰੀਆ ਗਿਵਨ, ਅਗਰ ਏਰੀਆ ਗਿਵਨ ਆਪਾਂ ਉਹਨਾਂ ਨੇ ਸਾਈਡ ਕੱਢ ਲਈ, ਸਾਈਡ ਕੱਢ ਲਈ ਤਾਂ ਪੈਰੀਮੀਟਰਸ ਆਪਾਂ ਨੇ ਫਾਈਂਡ ਆਊਟ ਕਰਨੇ ਸੀਗੇ, ਰੇਸ਼ੋ। ਪੈਰੀਮੀਟਰ ਦਾ ਫਾਰਮੂਲਾ ਹੁੰਦਾ 4 × side, ਹੈ ਨਾ, ਪੈਰੀਮੀਟਰ ਆ ਸਾਰੀ ਚੀਜ਼, ਅਗਰ ਇਸ ਚੀਜ਼ ਤੋਂ ਸ਼ੁਰੂ ਹੋਏ ਤਾਂ ਅੱਜ ਬਾਉਂਡਰੀ।
तो कितना आ गया जी 16:9। ठीक है, नेक्स्ट क्वेश्चन देखते हैं जी। नेक्स्ट क्वेश्चन भी जरा गाइज मेंसुरेशन है कि कह रहे थे टोटल सरफेस एरिया ऑफ ए क्यूबॉइड इज 75,200 meters square। ओके, इट्स लेंथ ब्रेथ एंड हाइट आर इन द रेशियो ऑफ 7:4:6। देन द मेजरमेंट ऑफ लेंथ ब्रेथ एंड हाइट ऑफ दैट क्यूबॉइड इज, ये चार ऑप्शन गिवन है। गाइज पहला सानू पता नहीं जी क्यूबॉइड होंदा की है, ठीक है, kind of यही चीज आ गई ना, जिदा आगे हो गया टॉप व्यू, आ नीचे वाला की हो गया बॉटम, ते आगे हो गया चार साइड्स हो गया, राइट 1 2 3 4 साइड्स हो गई, अदर टॉप हो गया, अदर बॉटम हो गया, आ फ्रंट हो गया, बैक हो गया, लेफ्ट हो गया, राइट हो गया, ठीक है। ओके, हुण ये तुहानू पता ना जी कि क्यूबॉइड्स दी जिहड़ियां मैं जिहड़ियां सारियां लेंथ सेम नहीं रहिंदियां, क्योंकि लेंथ ब्रेथ ते हाइट की है डिफरेंट, इस करके इत्थे की दित्ता है डिफरेंट दित्ता है। हुण टोटल सरफेस एरिया ऑफ क्यूबॉइड की होगा, टोटल सरफेस एरिया ऑफ क्यूबॉइड जिहड़ा नॉर्म, दो तरह के सरफेस एरिया होंगे जी, एक होंगे टोटल सरफेस एरिया, एक होंगे कर्व सरफेस एरिया। अगर टोटल सरफेस एरिया की गल करिए तो टोटल जिन्ना भी ये सारा है वो सारा ऐड हो जाएगा। मैं डायरेक्ट फॉर्मूला लिखा देना, टोटल सरफेस एरिया ऑफ क्यूबॉइड इज ट्वाइस लेंथ इनटू ब्रेथ, ब्रेथ इनटू हाइट, हाइट इनटू लेंथ, ये ताड़ा टोटल सरफेस एरिया क्यूबॉइड का, ठीक है। इनू अगर सॉल्व करांगे ट्वाइस लेंथ कितनी है, देखो इतने फिर रेशो दिती है, तो मैं तुम्हें फर्दर कह कि एक्स वगैरह लैन की कोई लोड़ नहीं, एक्स वगैरह कैंसल हो जाएंगे, इन्हों ही हम बाद नंबर से ज्यूम कर लेंगे। लेंथ कितनी है जी 7, ब्रैथ कितनी है 4, हाइट कितनी है 6। पहला लेंथ इंटू ब्रैथ लवेंगे 7:4, ब्रैथ इंटू हाइट लवेंगे 4:6, हाइट इंटू लेंथ लवेंगे 6:7। अगर तुम इन सॉल्व करोगे ट्वाइस 7 4 24 6 7 42, ठीक है। अगर इन आप सॉल्व करते हैं ट्वाइस 8 4 12 6 8 4 12 14, ठीक है, 2 2 4 2 6 8 4 2 6 2 8 94 आ गई, ठीक है। सो वैल्यू कितनी आ गई, हुण ये तुहाडी वैल्यू हैगी है टोटल सरफेस एरिया की, बट ये नंबरस दे है, ठीक है, क्योंकि आपने किया रेशियो सी। हुण ये टोटल यदि वैल्यू कितनी गिवन है 75,200, ठीक है, 75,200 यदि वैल्यू। ओके, अगर इन कैंसल करोगे, 2 ना कैंसल करोगे, 2 3 6 2 7 14 2 6 12, ठीक है, बचा 94 का अगर 4 ना मल्टीप्लाई करिए, 4 4 16, 4 9 36 37, अभी कैंसल हो गया, इट मीनस एक ना आ गया जी 400। इट मीनस 1 की वैल्यू कितनी आ गई जी 400, 1 रेशो की है ना, तो इतने रेशो कितनी है 7:4:6। अगर 1 की वैल्यू 400 है तो 7 की वैल्यू कितनी हो जाएगी 7:400। उन्हें पूछा की है दोनों की, तिना की मेजरमेंट पूछी है, ठीक है। ओके, 1 की वैल्यू कितनी है 400, तो 7 की वैल्यू कितनी हो जाएगी 700, 4 की वैल्यू कितनी हो जाएगी जी 400, 6 की वैल्यू सॉरी अगर 1 की वैल्यू 400 है तो 7 की वैल्यू कितनी हो जाएगी, अच्छा चलो इनू की करते हैं, सॉरी ये लाइन गलती कर दूंगा, 1 की वैल्यू 400 है तो 7 की वैल्यू कितनी हो जाएगी 7 × 400 4 × 400 and 6 × 400, राइट। आड़ी क्वेश्चन मान के इन सॉल्व करो 2800 1600 2400। हुण आपां नूं तां ए वैल्यू आ गई, बट आपां नूं आंसर की है इस फॉर्म च है। अगर तुसीं इहदी 001 कैंसल करोगे 280 160 240 बन गया। फर्दर अगर इहनूं अगर कैंसल करदे हां 2 दे नाल, ठीक है, कितना बन गया जी 140 80 120। देखो 80 140 80 120 साडी ऑप्शन कितनी, ऑप्शन नंबर डी। सो ऑप्शन नंबर डी की होगा साडा आंसर, सिंपल सीगा, बस अपन पता ना जी टोटल सरफेस एरिया क्यूबॉइड से की है, आपने की अपलाई किया, अपलाई करके जिनी वैल्यू आई और जो एक्चुअल एरिया गिवन सी 75,200 और उन्होंने की किया इक्वेट करता, ठीक है, इक्वेट करके 1 रेशो की वैल्यू कितनी आ गई 400।
अपने को तिना की वैल्यू रेशो गिवन सी 7, 4 ते 6 वो की किताब ने वैल्यू सपोर्ट की है ठीक है। अगर वैल्यू सपोर्ट की तो उन्होंने वैल्यू सपोर्ट करके अपने को आंसर की गया 140, 80 ते 100। ये फरदर कटिंग हो सकती सी अगर इतने भी चेंजेस आते तो ठीक है, अगर इतने कोई चेंज नहीं तो आपने फिर इतने ही छता ठीक है। नैक्सट क्वेश्चन देखते हैं। अ सम ऑफ मनी एट सिंपल इंटरस्ट अमाउंट्स टू रुपीज 4480 इन 2 ईयर्स एंड रुपीज 5200 इन 5 ईयर्स, वट इज़ द ओरिजिनल सम। चार ऑप्शन देती हैं गाइस, थोड़ा जहाँ सम समझने वाला है, अगर तेन प्रॉपर तरीके करोगे तो बहुत ही सिंपल है। अगर इनू ये फॉर्मूला बेस्ड करोगे तो बहुत ही टफ हो जाएगा तो बहुत ही लेंथी हो जाएगा। हम देखो क्वेश्चन कहना की सार है, कोई एक कोई सम है ठीक है, पता नहीं अमाउंट कितनी है सानू, वो की हो गया अमाउंट्स टू रुपीज 4480 मीनस 4480 रुपये किन्ने साल हो गया जी, वो 2 ईयर्स ठीक है। फरदर की कह रहा है एंड रुपीज 5200 इन 5 ईयर्स, तो उही सम जिहड़ा वा 5 साल च किन्ना हो गया 5200 ठीक है जी। सेम सम है ये 5 साल च किन्ना हो गया जी 5200 ठीक है जी। समझ आ गई, बस यही चीज़ उन्होंने कहना चाह रहे थे, मैं यही चीज़ ड्रॉ की थी इतने, उन्हें थोड़ा जि समझो। सिंपल इंटरेस्ट का मतलब की हुंदा जी, सिंपल इंटरेस्ट का यह मतलब है कि हर साल तुहाडा इंटरेस्ट की रहेगा सेम, मीनस इंटरेस्ट तुहाडा चेंज नहीं होएगा राइट। अगर इंटरेस्ट नहीं चेंज होएगा तो यही सम का 2 साल बाद इन्ने सीगे, यही सम 2 साल बाद भी इन्ना ही होएगा है ना, जिहड़ा 4480 तो ही अगले 3 साल इन्ना होया ठीक है। अगर की करते हैं आ तो है टोटल 2 साल, आ टोटल कितना है 5 साल का, अगर असं इतने तक 2 साल का कढ़ दी आ कितना बच गया जी 3 साल का ठीक है। सो इट मीनस 3 साल का कितना बन गया जी इंटरेस्ट 5200 माइनस 4480, 3 ईयर्स का इंटरेस्ट कितना बन गया जी 11, 7, 4 ठीक है। 3 ईयर्स का इंटरेस्ट कितना बन गया 720 रुपीज़। क्लीयर हुई गल गाइस, अगर ये चीज़ समझ आ गई ना तो सम सॉल्व हो गया, बस यही मेन पॉइंट सीगा जिहड़ा की सीगा समझण वाला। 3 ईयर्स का अगर सम इंटरेस्ट है 720 तो 1 ईयर का कितना हो गया जी कैंसल करो 240 ठीक है। इट मीनस हर साल जिहड़ा इंटरेस्ट है वो कितना पै रहा जी 240 रुपये। अगर तुम इनू भी ऐड करके देखोगे 720 ऐड करोगे 4480 720 ऐड करोगे तो 5200 बन गया, 3 साल का हो गया, तो अगर 1 साल का कितना हो गया 240 ठीक है। हूँ 1 साल का इंटरेस्ट हो गया 240 ठीक है। हूँ आपने की करना सम इतने किन्ने साल का गैप है 2 साल का, अगर 1 साल का 240 है तो 2 साल का कितना हो जाएगा जी 480। अगर 2 साल बाद अमाउंट इन्नी है ठीक है तो 2 साल का इंटरेस्ट कितना 480 अमाउंट के अगर तुम इंटरेस्ट कटा घटा दोगे तो की आ जाएगा सम आ जाएगा, तो सम आंसर आ गया जी 4480 माइनस 480 माइनस कर दोगे कि आ गया जी 4000 रुपीज सम आ गया तुहाडा आंसर। इट मीनस इतने सम की बन जाएगा जी 4000 रुपये। बहुत सिंपल सीगा, सिर्फ कंसैप्ट समझने की गल है, अगर तो तुम कंसैप्ट समझ के चलोगे तो क्वेश्चन देखो कितना ईजी हो गया, अदरवाइज अगर तुम प्रॉपर फॉर्मूले लगा के करोगे तो तुम कभी भी समझ नहीं आना, बहुत ही टफ तो लेंथी हो जाएगा ठीक है गाइज। इनू अच्छी तरीके नाल देखो, चाहे वीडियो स्टॉप करके देख लेना, इन बार बार समझना ताकि कंसैप्ट जिहड़ा वा क्लीयर हो जाए ठीक है। चलो नैक्सट देखते हैं। नैक्सट की कह रहा है, अ नंबर वैन डिवाइडेड बाय 136 लीव्स ए रिमाइंडर ऑफ 19 इफ इट इज डिवाइडेड बाय 17 इफ इट इज डिवाइडेड बाय 17 इट विल लीव ए रिमाइंडर ऑफ। चार ऑप्शन दी है कि कह रहे हैं कोई नंबर है अगर उन्होंने डिवाइड करते हैं 136 के नाल ठीक है, तो वह रिमाइंडर कितना देता जी 19 का ठीक है, तो अगर उन्होंने डिवाइड करते हैं 17 नाल नहीं तो कितना रिमाइंडर देगा। इतने की आता जी डिविडेंड, अगर आ चीज़ समझ जाओगे ना तो फिर कंसैप्ट सारा क्लीयर हो जाएगा क्वेश्चन का, कभी भी दिक्कत नहीं आएगी। डिविडेंड है कितना आप करते हैं जी, इतने डिवाइजर
ਇੱਥੇ ਕੀ ਆਉਂਦਾ ਜੀ ਕੋਸ਼ੈਂਟ, ਇੱਥੇ ਕੀ ਆਉਂਦਾ ਆਪਣਾ ਰੀਮਾਈਂਡਰ, ਰਾਈਟ। ਹੁਣ ਆਹੀ ਚੀਜ਼ ਉਹ ਕਹਿਣਾ ਚਾਹ ਰਿਹਾ, ਠੀਕ ਹੈ, ਓਕੇ। ਹੁਣ ਡਿਵਾਈਜ਼ਰ ਕਿੰਨਾ ਜੀ ਆਪਣਾ, ਕਹਿੰਦਾ ਨੰਬਰ ਵੈਨ ਡਿਵਾਈਡਿਡ ਬਾਏ 1 3 1 36, ਓਕੇ। ਡਿਵਾਈਜ਼ਰ ਕਿੰਨਾ ਹੋ ਗਿਆ ਜੀ, ਇੱਥੇ ਮੈਂ ਲਿਖ ਸਕਦਾ ਡਿਵੀਡੈਂਡ ਇਜ਼ ਇਕੁਅਲਸ ਟੂ, ਇਹ ਸਿਰਫ ਤੁਹਾਨੂੰ ਸਮਝਾਉਣ ਲਈ ਹੈ, ਡਿਵਾਈਜ਼ਰ ਇੰਟੂ ਕੋਸ਼ੈਂਟ ਪਲੱਸ ਰੀਮਾਈਂਡਰ, ਠੀਕ ਹੈ। ਇਹ ਕਨਸੈਪਟ ਹੈ ਸਾਰਾ, ਠੀਕ ਹੈ ਜੀ। ਹੁਣ ਆਪਣਾ ਡਿਵਾਈਜ਼ਰ ਕਿੰਨਾ 136, ਕੋਸ਼ੈਂਟ ਪਤਾ ਨਹੀਂ ਕਿੰਨਾ ਹੈ ਨਾ, ਸਪੋਜ ਐਨ, ਰੀਮਾਈਂਡਰ ਕਿੰਨਾ 19। ਕਹਿ ਰਿਹਾ ਕਿ ਅਗਰ 136 ਨੂੰ ਆਪਾਂ ਡਿਵਾਈਡ ਕਰਦੇ ਹਾਂ ਇਹਦੇ ਨਾਲ, ਠੀਕ ਹੈ, ਤਾਂ ਸਾਡਾ ਰੀਮਾਈਂਡਰ ਵੱਜ ਜਾਂਦਾ ਇੰਨਾ, ਠੀਕ ਹੈ। ਅਗਰ ਸਪੋਜ ਮੈਂ ਇੱਥੇ ਐਨ ਦੀ ਵੈਲਿਊ ਕਰਦਾ 1, ਠੀਕ ਹੈ, ਅਤੇ ਕਿੰਨਾ ਬਣ ਗਿਆ ਜੀ 136 ਇੰਟੂ 1 ਪਲੱਸ 19, ਕਿੰਨਾ ਆ ਗਿਆ 155, ਠੀਕ ਹੈ। ਹੁਣ ਇਹ 155 ਆ ਗਿਆ, ਇਹ ਚੀਜ਼ ਬਣ ਗਈ। ਹੁਣ ਕਹਿੰਦਾ ਕਿ ਅਗਰ ਇਹੀ ਨੰਬਰ ਨੂੰ ਮੈਂ ਡਿਵਾਈਡ ਕਰਾਂ 17 ਦੇ ਨਾਲ, ਰਾਈਟ, ਇਹੀ ਨੰਬਰ ਨੂੰ ਮੈਂ ਡਿਵਾਈਡ ਕਰਾਂ 17 ਦੇ ਨਾਲ ਤਾਂ ਕਿੰਨਾ ਰੀਮਾਈਂਡਰ ਬਚ ਜਾਏਗਾ। ਆਹ ਨੰਬਰ ਆ ਗਿਆ, ਇਹਨੂੰ ਡਿਵਾਈਡ ਕਰੋ 17 ਦੇ ਨਾਲ, 17 ਨੂੰ ਅਗਰ ਤੁਸੀਂ 9 ਨਾ ਕਰਦੇ ਹੋ, 9 7 ਦਾ 63, 9 1 ਦਾ 9, 9 6 ਦਾ 15, 153 ਆ ਗਿਆ, ਅਤੇ ਰੀਮਾਈਂਡਰ ਕਿੰਨਾ ਬਚ ਗਿਆ 2। ਸੋ 2 ਇਜ਼ ਦਾ ਰੀਮਾਈਂਡਰ, ਇਹ ਤੁਹਾਡਾ ਕੀ ਹੋਏਗਾ ਆਂਸਰ, ਆਪਸ਼ਨ ਨੰਬਰ ਬੀ। ਸਪੋਜ਼ ਤੁਹਾਡੇ ਦਿਮਾਗ 'ਚ ਕੁਸ਼ਚਨ ਆ ਸਕਦਾ ਕਿ ਸਰ ਤੁਸੀਂ ਐਨ ਨਹੀਂ ਲਿਆ, 2 ਕਿਉਂ ਨਹੀਂ ਲਿਆ। ਅਗਰ ਆਪਾਂ ਐਨ ਨੂੰ 2 ਵੀ ਲੈ ਕੇ ਕਰਦੇ ਹਾਂ ਤਾਂ ਵੀ ਆਂਸਰ ਕੀ ਹੈਗਾ, ਸਾਡਾ ਰੀਮਾਈਂਡਰ ਸੇਮ ਹੀ ਹੈਗਾ। ਅਗਰ ਤੁਸੀਂ ਐਨ ਨੂੰ 2 ਪੁੱਟ ਕਰਦੇ ਹੋ, 136 ਇੰਟੂ 2 ਕਰੋਗੇ ਪਲੱਸ 19, ਠੀਕ ਹੈ। 136 ਨੂੰ 2 ਨਾ ਕਰੋਗੇ ਕਿੰਨਾ ਆਏਗਾ 272, ਪਲੱਸ ਕਿੰਨਾ ਆਏਗਾ 19, ਕਿੰਨਾ ਬਣ ਗਿਆ ਜੀ 9 2 11, 7 2 9, 291 ਬਾਏ 17, ਠੀਕ ਹੈ। ਅਗਰ 291 ਬਾਏ 17 ਕਰੋਗੇ ਤਾਂ ਤੁਹਾਨੂੰ 17 ਦਾ ਟੇਬਲ ਪਤਾ, 17 ਦਾ ਸਕੁਅਰ ਕਿੰਨਾ ਹੁੰਦਾ ਜੀ 289, 289 ਤੇ ਰੀਮਾਈਂਡਰ ਕਿੰਨਾ ਵੱਜ ਗਿਆ ਜੀ 2। ਦੇਖੋ ਫਿਰ ਕੀ ਆ ਗਿਆ, ਰੀਮਾਈਂਡਰ ਕਿੰਨਾ ਆ ਗਿਆ 2। ਦਿਸ ਇਜ਼ ਯੂਅਰ ਆਂਸਰ, ਠੀਕ ਹੈ। ਇਹ ਸੀਗਾ ਸਾਰਾ ਕੰਸੈਪਟ, ਠੀਕ ਹੈ। ਅਗਰ ਤੁਸੀਂ ਸ਼ਾਰਟਕੱਟ ਕਰਨਾ ਤਾਂ ਸ਼ਾਰਟਕੱਟ ਵੀ ਦੇਖੋ ਕੀ ਹੈ, ਜੇ ਉਹ ਰੀਮਾਈਂਡਰ ਫਸਟ ਦਾ ਆਉਂਦਾ ਉਹਨੂੰ ਡਿਵਾਈਡ ਕਰੋ 17 ਦੇ ਨਾਲ, ਦੂਸਰੇ ਦੇ ਡਿਵਾਈਡਡ ਨਾਲ, ਠੀਕ ਹੈ। 19 ਇੱਥੇ ਰੱਖਿਆ, 17 ਨਾਲ ਰੱਖਿਆ, 1 ਦਾ 17, ਰੀਮਾਈਂਡਰ ਕਿੰਨਾ ਵਜਿਆ ਜੀ 2 ਇਜ਼ ਯੂਅਰ ਆਂਸਰ। ਇਹ ਸ਼ਾਰਟਕੱਟ ਹੈ ਜੀ ਡਾਇਰੈਕਟ, ਬਟ ਹੋ ਸਕਦਾ ਕਿ ਹਰ ਕੁਸ਼ਚਨ 'ਚ ਇਹ ਚੀਜ਼ ਅਪਲਾਈ ਨਾ ਹੋਵੇ। ਸੋ ਮੈਂ ਪ੍ਰੋਪਰ ਕੰਸੈਪਟ ਤੁਹਾਨੂੰ ਦੱਸਿਆ, ਇਹ ਕੰਸੈਪਟ ਪ੍ਰੋਪਰ ਯਾਦ ਰੱਖਣਾ, ਜੇ ਅਗਰ ਕੰਸੈਪਟ ਯਾਦ ਰੱਖੋ ਤਾਂ ਕਦੀ ਵੀ ਦਿੱਕਤ ਨਹੀਂ ਆਏਗੀ, ਠੀਕ ਹੈ, ਕਿਉਂਕਿ ਕੰਸੈਪਟ ਹੀ ਤੁਹਾਡਾ ਹਮੇਸ਼ਾ ਨਾਲ ਚੱਲਦਾ ਹੈ। ਇਹ ਤਾਂ ਸ਼ਾਰਟਕੱਟਸ ਤਾਂ ਕਿਤੇ ਚੱਲ ਜਾਣਗੇ, ਕਿਤੇ ਨਹੀਂ ਚੱਲਣਗੇ, ਠੀਕ ਹੈ। ਸ਼ਾਰਟਕੱਟ ਦੇਖ ਲਓ ਕੀ ਹੈ, ਜੋ ਵੀ ਇਹ ਡਿਵਾਈਡਿਡ ਸੈਕਿੰਡ ਵਾਲਾ ਆਏਗਾ ਉਹਨੂੰ ਰੀਮਾਈਂਡਰ ਦੇ ਨਾਲ ਡਿਵਾਈਡ ਕਰੋ, ਕਿ ਜਿੰਨਾ ਤੁਹਾਡਾ ਲੈਫਟ ਬਚੇਗਾ ਉਹ ਤੁਹਾਡਾ ਕੀ ਹੋਏਗਾ ਰੀਮਾਈਂਡਰ, ਠੀਕ ਹੈ। ਨੈਕਸਟ ਦੇਖਦੇ ਹਾਂ, ਇਫ ਦਾ ਲੈਂਥ ਬ੍ਰੈਥ ਐਂਡ ਹਾਈਟ ਆਫ ਏ ਰੂਮ ਆਰ 12 meter, 8 meter and 10 meter respectively, then the area of the four walls is, same question hai ji cuboid wala, main draw karta hu ek bar, theek hai ji, ek hi hai top view, ek hi hai bottom view, ek hi hodiyan walls char, hai na, ki keh raha, if the length breadth and height of a room are this then the area of the four walls means aa wali wall ਆ ਪਿੱਛੇ ਵਾਲੀ ਵਾਲ ਅਤੇ ਆਹ ਵਾਲੀ ਸਾਈਡ ਵਾਲੀ ਵਾਲ, ਆਹ ਚਾਰ ਵਾਲਸ ਦਾ ਕੀ ਦੱਸਣਾ ਏਰੀਆ। ਗਾਇਸ ਪਿਛਲੇ ਕੁਸ਼ਚਨ 'ਚ ਆਪਾਂ ਦੇਖਿਆ ਸੀਗਾ ਟੋਟਲ ਸਰਫੇਸ ਏਰੀਆ, ਠੀਕ ਹੈ, ਅਤੇ ਦੋ ਤਰ੍ਹਾਂ ਦੀ ਏਰੀਆ, ਜਾਂ ਤਾਂ ਮੈਂ ਤੁਹਾਨੂੰ ਕਿਹਾ ਸੀ ਕਰਵ ਸਰਫੇਸ ਏਰੀਆ, ਅਤੇ ਸੈਕਿੰਡ ਵਨ ਇਜ਼ ਟੋਟਲ ਸਰਫੇਸ ਏਰੀਆ। ਕਰਵ ਸਰਫੇਸ ਏਰੀਆ ਜਿਹੜਾ ਉਹਨੇ ਆਹ ਫਾਇੰਡ ਆਊਟ ਕਰਨਾ, ਏਰੀਆ ਆਫ ਦਾ ਫੋਰ ਵਾਲਸ, ਆਹ ਚਾਰ ਵਾਲਸ ਦਾ ਜਿਹੜਾ ਏਰੀਆ ਹੈ, ਠੀਕ ਹੈ, ਇਹਨੂੰ ਆਪਾਂ ਕੀ ਕਹਾਂਗੇ ਕਰਵ ਸਰਫੇਸ ਏਰੀਆ, ਠੀਕ ਹੈ। ਕਰਵ ਸਰਫੇਸ ਏਰੀਆ ਮੈਂ ਲਿਖ ਦਿੰਦਾ ਇੱਥੇ, ਕਰਵ ਸਰਫੇਸ ਏਰੀਆ ਇਜ਼ ਇਕੁਅਲ ਟੂ ਏਰੀਆ ਆਫ ਫੋਰ ਵਾਲਸ, ਠੀਕ ਹੈ। ਅਗਰ ਇਹਨਾਂ ਚਾਰ ਵਾਲਸ ਦੇ ਵਿੱਚ ਤੁਸੀਂ ਇਹਦਾ ਛੱਤ ਅਤੇ ਜ਼ਮੀਨ ਵਾਲੀ ਜਗ੍ਹਾ ਵੀ ਮਿਲਾ ਦਿੰਦੇ ਹੋ, ਹੈ ਨਾ, ਛੱਤ ਅਤੇ ਜ਼ਮੀਨ ਦੀ ਜਗ੍ਹਾ ਨੀਚੇ ਵਾਲੀ ਔਰ ਬੋਟਮ ਜਾਂ ਟੋਪ ਮਿਲਾ ਦਿੰਦੇ ਹੋ, ਅਤੇ ਇਹ ਕੀ ਬਣ ਜਾਂਦਾ ਤੁਹਾਡਾ ਟੋਟਲ ਏਰੀਆ, ਟੋਟਲ ਸਰਫੇਸ ਏਰੀਆ। ਮੈਂ ਇੱਥੇ ਵੀ ਲਿਖ ਦਿੰਦਾ ਕਿ ਟੋਟਲ ਸਰਫੇਸ ਏਰੀਆ ਕੀ ਹੋ ਜਾਏਗਾ,
एरिया ऑफ द फोर वॉल्स प्लस एरिया ऑफ टॉप एंड एरिया ऑफ बॉटम प्लस एरिया ऑफ टॉप प्लस एरिया ऑफ बॉटम एक ही बन जाएगा ताड़ा टोटल सरफेस एरिया। बट अपन इतने की चाहिए सिर्फ कर्व्ड सरफेस एरिया चार वॉल्स का एरिया चार वॉल्स कर्व्ड सरफेस एरिया का फॉर्मूला क्या जी टू एल प्लस बी इंटू हाइट ठीक है ट्वाइस लेंथ कितनी है जी 12 हाइट ब्रेथ कितनी है जी 8 हाइट कितनी है जी 10 ठीक है जी। अगर इन सॉल्व करोगे 12 8 22 इंटू 20 इंटू 40 कितना आ गया जी 400 स्क्वायर मीटर इज योर आंसर ऑप्शन नंबर डी इज योर आंसर। गाइस आ कंसेप्ट समझना बहुत जरूरी है जी क्यूबॉइड के केस कंसेप्ट कि जिन्हें फोर वॉल्स के एरिया आप कहने कर्व सरफेस एरिया अगर ये आप टॉप सरफेस तो बॉटम सरफेस में ऐड कर दें तो वह की बन जाता टोटल सरफेस एरिया ठीक है। नेक्स्ट क्वेश्चन देखो वट इज़ द मिसिंग नंबर इन द गिवन सीरीज गिवन सीरीज कि जी 0, 2, 6, 12, 20 एंड 30 नेक्स्ट की एक क्वेश्चन मार्क बहुत शॉर्ट सीरीज है आप की करते हैं जी शॉर्ट सीरीज में आप सिर्फ डिफरेंसिस चेक करते हैं यदा डिफरेंस कितना 2 यदा कितना डिफरेंस आ गया जी 4 यदा डिफरेंस कितना आ गया जी 6 यदा डिफरेंस कितना आ गया जी 8 यदा डिफरेंस कितना आ गया जी 10 सो इट मीनस दो दो ना डिफरेंस की हो रहा है इंक्रीज अगला की हो गया जी 12 से 30 प्लस 40 12 कितना आ गया जी 42 30 प्लस 12 कितना आ गया जी 42 इज योर आंसर ठीक है बहुत सिंपल है। नेक्स्ट देखो राम्स सैलरी वाज रिड्यूस्ड बाय 25% ठीक है इन ऑर्डर टू गेट हिज सैलरी बैक टू द ओरिजिनल अमाउंट इट मस्ट बी रेस्ड बाय क्वेश्चन मार्क जी कह रहा है कि राम की सैलरी जड़ी है रिड्यूस कर दी गई सी 25% तो अगर वो सैलरी वापस वो ओरिजिनल अमाउंट से आती है तो कितनी अमाउंट ना उन्होंने रेज करना पड़ेगा ठीक है। मैं तुम्हें पहला भी क्वेश्चन दसिया इंक्रीमेंट डिक्रीमेंट का पिछले एपीसोड्स के भी कि अगर कोई चीज़ किसी चीज़ का डिक्रीज हो रही है तो सेम उस बैलेंस करने जी चीज़ पूछी जाती है वो आप करते हैं एक मैथड अपलाई करते थे कि जिनी वो वैल्यू लिखी इतने डिक्रीज हुई वो लिखती ठीक है। हुण वो ओरिजिनल अमाउंट की होगी अगर 25% डिक्रीज हो तो ओरिजिनल अमाउंट कितनी होगी ऑब्वियस 100% है ना तो 100% चो की इतने की रिडक्शन कह रहा है वो 100% चो ही इन्नी रिडक्शन है यदि माइनस कर दो 100 माइनस 25 की हो कि राम की सैलरी रिड्यूस की जिनी रिडक्शन है पहला जो भी इतने लिखे रिडक्शन लिखी है एडिशन लिखी वो इतने लिखोगे बाद चो तुम की पूछ रहा कि अगर वो कह रहा है कि ओरिजिनल चीज़ अमाउंट कितनी होगी और रिस्पेक्ट ना परसेंटेज ओरिजिनल अमाउंट की कितनी बनेगी उस केस की करना जो इतने रिडक्शन है तो ओरिजिनल अमाउंट जी आप 100% रिज्यूम करते हैं और चो माइनस कर दोगे अगर इतने एडिशन लिखे हैं तो उस की कर दोगे प्लस हूँ इस केस की जो रिडक्शन की वैल्यू आप लिखी उपर उस तो बाद कह रहे हैं कि इतने ओरिजिनल अमाउंट चो की हुई है इतनी रिड्यूस हुई है अगर रिड्यूस हुई है तो ओरिजिनल अमाउंट जो इतने की करा आप रिड्यूस करा ठीक है रिड्यूस करा तुम सॉल्व कर दो जी 25/75 कि आ गया जी 1/3% 1/3% कि आता जी 33.33% ठीक है। अगर इन सॉल्व करोगे 100/3 आ गया 100/3 कि बनता जी 33.33 ठीक है दिस इज योर आंसर ऑप्शन नंबर बी। नेक्स्ट देखते हैं टू मैन एंड थ्री वुमेन फिनिश ए जॉब इन 8 days वाइल थ्री मैन एंड टू वुमेन फिनिश इट इन 7 days हाउ लॉन्ग विल 5 men and 4 women टेक टू फिनिश इट कैसे क्वेश्चन जोड़ा ना थोड़ा जहा समझने वाला है ये क्वेश्चन की कह रहा है कि पहला 2 men तो 3 women जोड़े है एक जॉब में फिनिश करते 8 दिन में तो सेम जॉब में 3 men तो 2 women जोड़े है 7 days फिनिश करते इस दो लाइना का मतलब यह है कि कोई वर्क दिता सपोज कि अपने 100 पेटियां जिन्हें शिफ्ट करानी है ठीक है 100 पेटियां शिफ्ट करानी है और
ਦੋ ਕੰਟਰੈਕਟਰ ਰੱਖੇ ਜਾਂਦੇ, ਇੱਕ ਕੰਟਰੈਕਟਰ ਦੇ ਕੋਲ ਕਿੰਨੇ ਵਰਕਰ ਨੇ, ਦੋ ਮੈਨ ਹੈ ਅਤੇ ਤਿੰਨ ਵੂਮੈਨ ਹੈ। ਉਹ ਕੰਮ ਨੂੰ ਫਿਨਿਸ਼ ਕਰਦੇ ਆ ਉਸੇ 100 ਪੇਟੀਆਂ ਨੂੰ ਸ਼ਿਫਟ ਕਰਨ ਦਾ 8 ਦਿਨਾਂ ਦੇ ਵਿੱਚ, ਅਤੇ ਸੇਮ ਕੰਮ ਨੂੰ ਦੂਸਰੇ ਕੰਟਰੈਕਟਰ ਦੇ 3 ਮੈਨ ਅਤੇ 2 ਵੂਮੈਨ ਫਿਨਿਸ਼ ਕਰਦੇ ਆ 7 ਦਿਨਾਂ ਵਿੱਚ। ਮੀਨਸ ਉਹਨਾਂ ਦਾ ਵਰਕ ਕੀ ਹੈ, ਸੇਮ। ਅਗਰ ਦੋਨਾਂ ਦਾ ਵਰਕ ਸੇਮ ਹੈ ਤਾਂ ਦੋਨਾਂ ਨੂੰ ਕੀ ਕਰਾਂਗੇ ਆਪਾਂ, ਇਕੁਅਲ। ਇਕੁਅਲ ਕਰਕੇ ਕੀ ਕਰਾਂਗੇ, ਉਹਨਾਂ ਦੀਆਂ ਐਫੀਸ਼ੀਐਂਸੀਜ਼ ਫਾਈਂਡ ਆਊਟ ਕਰਾਂਗੇ। ਕਿਉਂਕਿ ਪਿਛਲੇ ਕੁਐਸਚਨ ਵੀ ਆਪਾਂ ਕਰਦੇ ਸੀਗੇ ਕਿ ਏ ਇੰਨਾ ਕੰਮ ਕਰਦਾ, ਬੀ ਇੰਨਾ ਕੰਮ ਕਰਦਾ, ਅਤੇ ਆਪਾਂ ਨੇ ਕੀ ਕਰਦੇ ਸੀਗੇ, ਪਹਿਲਾਂ ਐਫੀਸ਼ੀਐਂਸੀਜ਼ ਕੈਲਕੂਲੇਟ ਕਰਦੇ ਸੀਗੇ। ਸੋ ਇੱਥੇ ਉਹਨਾਂ ਦਾ ਵਰਕ ਕੀ ਹੋ ਗਿਆ, ਦੋਨਾਂ ਦਾ ਇਕੁਏਟ ਹੋ ਗਿਆ। ਅਗਰ ਦੋਨਾਂ ਦਾ ਵਰਕ ਇਕੁਏਟ ਹੋ ਗਿਆ ਤਾਂ ਇੱਥੋਂ ਕੀ ਕਰਾਂਗੇ, ਉਹਨਾਂ ਦੀ ਐਫੀਸ਼ੀਐਂਸੀਜ਼ ਦੇਖਾਂਗੇ। ਦੇਖੋ ਕਿਵੇਂ ਕਰਨੀ ਹੈ, 2 ਮੈਨ ਪਲੱਸ 3 ਵੂਮੈਨ, ਠੀਕ ਹੈ ਜੀ। ਕਿੰਨੇ ਦਿਨ ਕੰਮ ਕਰਦੇ ਜੀ, 8 ਦਿਨ, ਇਹਨਾਂ ਦਾ ਵਰਕ ਹੋ ਗਿਆ। ਹੁਣ ਇਹੀ ਸੇਮ ਵਰਕ ਹੋਰ ਕੌਣ ਕਰਦਾ ਜੀ, 3 ਮੈਨ ਪਲੱਸ 2 ਵੂਮੈਨ, ਕਿੰਨੇ ਦਿਨਾਂ 'ਚ, 7 ਦਿਨਾਂ 'ਚ। ਇਹਨੂੰ ਕ੍ਰੀਏਟ ਕਰੋ, 16 ਮੈਨ 24 ਵੂਮੈਨ ਇਕੁਅਲਸ ਟੂ 21 ਮੈਨ 14 ਵੂਮੈਨ, ਠੀਕ ਹੈ। ਇਹਨੂੰ ਇਕੁਏਟ ਕਰੋ, 14 ਇੱਧਰ ਚਲਾ ਗਿਆ, 24 'ਚ ਕਿੰਨਾ ਰਹਿ ਗਿਆ ਜੀ, 10, 16 ਇੱਧਰ ਕਿੰਨਾ ਰਹਿ ਗਿਆ ਜੀ, 5, ਠੀਕ ਹੈ, ਕੈਂਸਲ ਹੋ ਗਿਆ। 2 ਵੂਮੈਨ ਕਿਹਦੇ ਕੋਲ ਆ ਗਈ, 1 ਮੈਨ ਦੇ। ਇਟ ਮੀਨਸ ਮੈਨ ਅਤੇ ਵੂਮੈਨ ਦੀ ਐਫੀਸ਼ੀਐਂਸੀ ਰੇਸ਼ੋ ਕਿੰਨੀ ਆ ਗਈ, ਕਿ ਮੈਨ 2 ਗੁਣਾ ਕੰਮ ਕਰਦਾ, ਵੂਮੈਨ ਕਿੰਨੀ ਹੈ, 1 ਗੁਣਾ ਕੰਮ ਕਰਦੀ। ਦਿਸ ਇਜ਼ ਦਾ ਐਫੀਸ਼ੀਐਂਸੀ। ਇਸ ਚੀਜ਼ ਤੋਂ ਹਮੇਸ਼ਾ ਜਿੱਦਾਂ ਵੀ ਇਹ ਵਾਲੇ ਕੁਸ਼ਚਨ ਆਣਗੇ ਤੁਹਾਨੂੰ ਹਮੇਸ਼ਾ ਇਸ ਫਾਰਮ ਦੇ ਵਿੱਚ ਮਿਲਣਗੇ, ਠੀਕ ਹੈ। ਸੋ ਇਸ ਕੁਸ਼ਚਨ ਦਾ, ਇਹਨਾਂ ਦਾ ਮਤਲਬ ਵੀ ਇਹੀ ਕਿ ਦੋਨਾਂ ਦਾ ਵਰਕ ਨੂੰ ਇਕੁਏਟ ਕੀਤਾ ਗਿਆ। ਅਗਰ ਇਕੁਏਟ ਕੀਤਾ ਤਾਂ ਉੱਥੋਂ ਕੀ ਕਰਾਂਗੇ ਆਪਾਂ, ਦੋਨਾਂ ਦੀ ਐਫੀਸ਼ੀਐਂਸੀਜ਼ ਕੈਲਕੂਲੇਟ ਕਰਾਂਗੇ। ਹੁਣ ਇਹਨਾਂ ਦੀ ਐਫੀਸ਼ੀਐਂਸੀ ਹੈਗੀ, ਹੁਣ ਉਹ ਕੀ ਕਹਿ ਰਿਹਾ, ਹਾਊ ਲੌਂਗ ਵਿਲ 5 ਮੈਨ ਐਂਡ 4 ਵੂਮੈਨ ਟੇਕ ਟੂ ਫਿਨਿਸ਼ ਇਟ। ਕਹਿੰਦਾ ਕਿ ਅਗਰ ਇਸੇ ਵਰਕ ਨੂੰ ਜਿਹੜਾ ਇਹਨਾਂ ਨੇ ਕੀਤਾ ਹੋਇਆ, ਠੀਕ ਹੈ, ਅਗਰ ਇਸ ਵਰਕ ਨੂੰ ਤੁਸੀਂ ਕੈਲਕੂਲੇਟ ਕਰ ਲਓ, ਤਾਂ ਉਹ 5 ਮੈਨ ਅਤੇ 4 ਵੂਮੈਨ ਕਿੰਨੇ ਦਿਨਾਂ 'ਚ ਖਤਮ ਕਰਦੇ। ਇਹ ਕੀ ਆ ਗਈ, ਐਫੀਸ਼ੀਐਂਸੀ। ਅੱਛਾ, ਐਫੀਸ਼ੀਐਂਸੀ ਆ ਗਈ, ਤਾਂ ਆਪਾਂ ਇਹ ਐਫੀਸ਼ੀਐਂਸੀ ਨੂੰ ਕਿਸੇ ਇੱਕ ਜਗ੍ਹਾ ਪੁੱਟ ਕਰ ਦਈਏ, ਕਿਉਂਕਿ ਦੋਨਾਂ ਨੇ ਸੇਮ ਵਰਕ ਹੀ ਕਰਨਾ, ਦੋਨਾਂ ਦਾ ਵਰਕ ਕੀ ਆਏਗਾ, ਸੇਮ। ਟੋਟਲ ਵਰਕ ਕਿੰਨਾ ਆਇਆ ਜੀ, ਟੂ। ਅਗਰ ਇਹ 'ਚ ਪੁੱਟ ਕਰਦੇ ਹਾਂ, 2 ਮੈਨ ਪਲੱਸ 3 ਵੂਮੈਨ ਇੰਟੂ 8, ਮੈਨ ਦੀ ਐਫੀਸ਼ੀਐਂਸੀ ਕਿੰਨੀ, 2, 2 ਇੰਟੂ 2 ਕਿੰਨਾ ਆ ਗਿਆ ਜੀ, 4, 3 ਇੰਟੂ 1 ਇੰਟੂ ਕਿੰਨਾ ਆ ਗਿਆ, 8, 4 ਪਲੱਸ 3 7 ਇੰਟੂ 8 ਕਿੰਨਾ ਆ ਗਿਆ ਜੀ, 56 ਵਰਕ ਆ ਗਿਆ ਜੀ, ਠੀਕ ਹੈ ਜੀ। 56 ਯੂਨਿਟਸ ਇਹਨਾਂ ਨੇ ਵਰਕ ਕੀਤਾ, ਠੀਕ ਹੈ, ਓਕੇ, ਠੀਕ ਹੈ। ਅਤੇ ਇੰਨਾ ਵਰਕ ਕਰਦਾ, ਅਤੇ ਕਹਿੰਦਾ ਆਹ ਜਿਹੜੇ ਬੰਦੇ 5 ਮੈਨ 4 ਵੂਮੈਨ, ਉਸ ਵਰਕ ਨੂੰ ਕਿੰਨੇ ਦਿਨਾਂ 'ਚ ਖਤਮ ਕਰਨਗੇ, ਠੀਕ ਹੈ। ਸੋ 5 ਮੈਨ ਪਲੱਸ 4 ਵੂਮੈਨ ਕਿੰਨੇ ਦਿਨਾਂ 'ਚ ਖਤਮ ਕਰਨਗੇ, ਰਾਈਟ। 5 ਮੈਨ ਦੀ ਐਫੀਸ਼ੀਐਂਸੀ ਕਿੰਨੀ ਹੈਗੀ, 5 ਇੰਟੂ 2 ਕਿੰਨਾ ਆ ਗਿਆ, 10, ਪਲੱਸ 4 ਕਿੰਨਾ ਗਿਆ, ਠੀਕ ਹੈ, ਇੰਟੂ ਡੇਜ਼ ਆ ਗਿਆ। 5 ਟੂ ਦਾ 10 ਪਲੱਸ 4 ਕਿੰਨਾ ਗਿਆ, 14 ਡੇਜ਼, ਠੀਕ ਹੈ, 14 ਡੇ। ਹੁਣ ਇਹ ਕੀ ਹੋ ਗਿਆ ਸਾਡਾ, ਦਿਸ ਇਜ਼ ਆਰ ਵਰਕ, ਦਿਸ ਇਜ਼ ਆਰ ਇਹਨਾਂ ਦੀ ਐਫੀਸ਼ੀਐਂਸੀ, ਅਤੇ ਡੇਜ਼ ਫਾਈਂਡ ਆਊਟ ਕਰਨੇ ਆ। 14 ਡੇਜ਼ ਕਿਹਦੇ ਕੋਲ ਹੋ ਗਏ, 56 ਵਰਕ ਦੇ, ਅਤੇ ਡੇਜ਼ ਕਿੰਨੇ ਆ ਗਏ, 56 ਬਾਏ 14, ਇਟ ਮੀਨਸ 4 ਡੇਜ਼ ਦੇ ਵਿੱਚ ਇਹਨਾਂ ਨੇ ਕੰਮ ਖਤਮ ਕੀਤਾ। ਆਪਸ਼ਨ ਨੰਬਰ ਏ ਇਜ਼ ਯੂਅਰ ਆਨਸਰ, ਠੀਕ ਹੈ ਗਾਈਜ਼। ਕੁਸ਼ਚਨ ਨੂੰ ਥੋੜ੍ਹਾ ਜਿਹਾ ਸਮਝੋ, ਇੱਕ ਹੋਰ ਮੈਥਡ ਵੀ ਹੈਗਾ ਇਹਨੂੰ ਸੋਲਵ ਕਰਨ ਦਾ, ਬਟ ਮੈਂ ਵਰਕ ਨਾਲ ਤਾਂ ਕਰਾ ਰਿਹਾ ਤਾਂ ਕਿ ਜਿਹੜਾ ਕੰਸੈਪਟ ਆਪਾਂ ਪਹਿਲੇ ਤੋਂ ਸ਼ੁਰੂ ਕੀਤਾ ਉਸੇ ਕੰਸੈਪਟ ਦੇ ਨਾਲ ਹੀ ਅਕੋਰਡਿੰਗ 'ਚ ਇਹਨੂੰ ਕਰੀਏ, ਠੀਕ ਹੈ। ਅਗਰ ਤੁਸੀਂ ਦੂਸਰੇ ਮੈਥਡ ਵੀ ਦੇਖਣਾ ਤਾਂ ਦੂਸਰੇ ਮੈਥਡ 'ਚ ਵੀ ਸੇਮ ਚੀਜ਼ ਹੀ ਆਉਣੀ ਹੈ। ਦੂਸਰੇ ਮੈਥਡ ਆਪਾਂ ਸਿਰਫ ਇਹ 'ਚ ਵਰਕ ਕੈਲਕੂਲੇਟ ਕੀਤਾ, ਉਹ 'ਚ ਵੀ ਇਹਨਾਂ ਦੋਨਾਂ ਨੂੰ ਕੀ ਕਰਨਾ ਸੀਗਾ, ਇਕੁਏਟ ਕਰਨਾ ਸੀਗਾ, ਠੀਕ ਹੈ। ਦੇਖੋ ਮੈਂ ਦੂਸਰਾ ਮੈਥਡ ਵੀ ਦੱਸ ਰਿਹਾ ਤੁਹਾਨੂੰ ਕਿ ਅਗਰ 2 ਮੈਨ ਹੈ, ਕੰਸੈਪਟ ਸਾਰਾ ਉਹੀ ਹੈ, ਕਰਨਾ ਉੱਦਾਂ ਹੀ ਹੈ, ਇੰਟੂ 8, 3 ਮੈਨ ਪਲੱਸ 2 ਵੂਮੈਨ ਇੰਟੂ 7, ਠੀਕ ਹੈ। ਇੱਥੋਂ ਇਕੁਏਟ ਕੀਤਾ, 16 ਮੈਨ 24 ਵੂਮੈਨ, 21 ਮੈਨ ਪਲੱਸ 14 ਵੂਮੈਨ, 10 ਵੂਮੈਨ ਇਕੁਅਲਸ ਟੂ 5 ਮੈਨ, ਮੈਨ ਇਕੁਅਲਸ ਟੂ 2 ਵੂਮੈਨ, ਰੇਸ਼ੋ ਕਿੰਨੀ ਹੈਗੀ, ਮੈਨ ਅਪੋਨ ਵੂਮੈਨ ਕਿੰਨੀ, 2:1, ਠੀਕ ਹੈ। ਦਿਸ ਇਜ਼ ਦੇਅਰ ਐਫੀਸ਼ੀਐਂਸੀ, ਠੀਕ ਹੈ। ਹੁਣ ਐਫੀਸ਼ੀਐਂਸੀ ਆ ਗਈ ਇਹਨਾਂ ਦੀ ਆਵਲੀ, ਪਰ ਉਹ ਕਹਿ ਰਿਹਾ ਕਿ ਕਿੰਨੇ ਦਿਨਾਂ 'ਚ ਇਹੀ ਕੰਮ ਨੂੰ ਇੰਨੀ ਐਫੀਸ਼ੀਐਂਸੀ ਦੇ ਨਾਲ 5 ਮੈਨ ਅਤੇ 4 ਵੂਮੈਨ ਖਤਮ ਕਰਨੀ ਹੈ। 5 ਮੈਨ ਪਲੱਸ 4 ਵੂਮੈਨ ਸੇਮ ਵਰਕ ਨੂੰ ਕਿੰਨੇ ਦਿਨਾਂ ਦੇ ਵਿੱਚ ਖਤਮ ਕਰਨਗੇ, ਉਹ ਆਪਾਂ ਨੂੰ ਪਤਾ ਨਹੀਂ ਡੀ,
ਠੀਕ ਹੈ, ਇਸ ਵਰਕ ਨੂੰ, ਇਹ ਜਿਹੜਾ ਵਰਕ ਹੈ ਇਹਨਾਂ ਨੇ ਕਰਨਾ, ਉਹ ਸੇਮ ਵਰਕ ਇਹਨਾਂ ਨੇ ਵੀ ਕੀਤਾ ਹੈਗਾ, ਇਹਨਾਂ ਨੇ ਵੀ ਕੀਤਾ ਹੈਗਾ, ਸੋ ਇਹਨਾਂ 'ਚੋਂ ਕਿਸੇ ਨੂੰ ਵੀ ਇਕੁਏਟ ਕਰ ਦਿਓ ਇੱਥੇ। ਬਸ ਆਹ ਸੀਗਾ, ਇਹਨਾਂ ਨੂੰ ਸੋਲਵ ਕਰ ਲਓ ਆਂਸਰ ਆ ਜਾਏ। ਹੁਣ ਇਹ ਕੀ ਹੈ ਵਰਕ, ਠੀਕ ਹੈ, ਇਹ ਇਹਨਾਂ ਨੇ ਡਾਇਰੈਕਟ ਇਸ ਚੀਜ਼ ਸੋਲਵ ਕਰ ਲਿਆ। ਆਪਾਂ ਕੀ ਕੀਤਾ ਸੀਗਾ, ਡਿਫਰੈਂਟ ਕੀਤਾ ਵਰਕ, ਪਹਿਲਾਂ ਆਪਾਂ ਵਰਕ ਕੱਢ ਲਿਆ, ਠੀਕ ਹੈ, ਆਉਣਾ ਇਹ 'ਚ ਵੀ ਇੱਥੇ ਹੀ ਉਹੀ ਹੈ। ਹੁਣ ਅਗਰ ਇਹਨੂੰ ਸੋਲਵ ਕਰੋਗੇ, 2m + 3y ਨੂੰ ਇੱਥੇ ਇਹਦੀ ਵੈਲਿਊ ਸਪੁੱਟ ਕਰੋਗੇ, 4 + 3 × 8 ਕਿੰਨਾ ਹੋ ਗਿਆ, 56 ਆ ਗਿਆ ਨਾ, 56 ਵਰਕ ਇੱਥੇ ਇੱਦਾਂ ਹੀ, ਕਿਉਂਕਿ ਕਈਆਂ ਨੇ ਕੀ ਕੀਤਾ ਇਸ ਤਰੀਕੇ ਨਾਲ ਦੋਨਾਂ ਨੂੰ ਇਕੁਏਟ ਕਰਕੇ ਲਿਖਿਆ ਹੁੰਦਾ। ਸੋ ਇਸ ਚੀਜ਼ ਨੂੰ ਇਕੁਏਟ ਕਰਨ ਦਾ ਮਤਲਬ ਕੀ ਹੈ, ਇਹਦਾ ਮਤਲਬ ਕੀ ਹੈ ਕਿ ਇਹ ਕੀ ਹੈ ਵਰਕ ਕਿੰਨਾ ਦੁਆਰਾ ਕੀਤਾ ਗਿਆ, ਜਿਹੜੇ ਉੱਪਰ ਵਾਲੇ ਪਰਸਨ ਹੈ। ਆਹ ਦੇਖੋ ਮੈਂ ਵਰਕ ਲਿਖਤਾ, ਠੀਕ ਹੈ, ਫਿਰ ਮੈਂ ਇਹਨਾਂ ਦੋਨਾਂ ਨੂੰ ਕੀ ਕੀਤਾ ਸੀਗਾ, ਨੀਚੇ ਇਕੁਏਟ ਕੀਤਾ ਨਾ, ਦੇਖੋ 56 ਨੂੰ ਇਹਦੇ 14 ਡੇ ਨਾਲ ਕੀਤਾ, ਸੇਮ ਆਹ ਚੀਜ਼ ਹੈ। ਇੱਥੋਂ ਸੋਲਵ ਕਰੋ, ਇਹਨੂੰ ਇਕੁਏਸ਼ਨ 'ਚ ਇਨਪੁੱਟ ਕਰੋ, 5 × 2 = 10 + 4 × d, 10 + 4 ਕਿੰਨਾ ਹੋ ਗਿਆ, 14 d, 14 d ਕਿਹਦੇ ਕੋਲ ਆ ਗਿਆ ਜੀ, 46, 56 ਦੇ। ਇੱਥੇ ਵੀ ਮੈਂ ਇਹ ਲਿਖਿਆ 14 d ਕਿਹਦੇ ਕੋਲ ਆ ਗਿਆ, 56 ਦੇ। ਇੱਥੇ ਵੀ ਦੇਖੋ ਕੀ ਲਿਖਿਆ, 14 d = 56, ਇੱਥੋਂ d ਕਿੰਨੀ ਆ ਗਈ, 56 / 14 ਕਿੰਨਾ ਆ ਗਿਆ ਜੀ, 4 days ਆਨਸਰ। ਇਟ ਮੀਨਸ ਕਿ ਜਿਹੜਾ ਵਾ 5 men ਅਤੇ 4 women ਨੂੰ ਸੇਮ ਵਰਕ ਨੂੰ ਕੰਪਲੀਟ ਕਰਨ ਵਾਸਤੇ ਕਿੰਨੇ ਦਿਨ ਲੱਗਣਗੇ ਜੀ, 4 ਦਿਨ, ਠੀਕ ਹੈ ਗਾਇਸ। ਇਹ ਸੀਗਾ ਸਾਡਾ ਟਾਈਮ ਐਂਡ ਵਰਕ ਦਾ ਕੁਸ਼ਚਨ। ਥੈਂਕ ਯੂ ਗਾਇਸ, ਹੋਪ ਤੁਹਾਨੂੰ ਵੀਡੀਓਜ਼ ਜਿਹੜੀਆਂ ਵਾ ਅੱਛੀਆਂ ਲੱਗ ਰਹੀਆਂ ਹੋਣਗੀਆਂ। ਕੀਪ ਸਪੋਰਟਿੰਗ ਗਾਇਸ, ਵੀਡੀਓਜ਼ ਨੂੰ ਸ਼ੇਅਰ ਕਰੋ। ਥੈਂਕ ਯੂ।